ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬੁਲਟ ਤੇ ਆਏ ਦੋ ਸਨੈਚਰਾਂ ਦੇ ਵੱਲੋਂ ਵੱਡੀ ਵਾਰਦਾਤ ਕੀਤੀ ਗਈ, ਜਿੱਥੇ ਗਲੀ ਦੇ ਵਿੱਚ ਇਹਨਾਂ ਦੇ ਵੱਲੋਂ ਬਜ਼ੁਰਗ ਮਹਿਲਾ ਦੇ ਕੰਨਾਂ ਦੇ ਵਿੱਚੋਂ ਵਾਲੀਆਂ ਪੱਟ ਲਈਆਂ ਜਾਂਦੀਆਂ ਨੇ। ਜਿਸ ਤੋਂ ਬਾਅਦ ਜਦ ਇਹ ਮੌਕੇ ਤੋਂ ਫਰਾਰ ਹੁੰਦੇ ਨੇ ਤਾਂ ਬਜ਼ੁਰਗ ਮਹਿਲਾ ਵੀ ਇਹਨਾਂ ਦੇ ਪਿੱਛੇ ਪੈ ਜਾਂਦੀ ਹੈ ਤੇ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ। ਤਾਂ ਦੱਸਦੀਏ ਕਿ ਬਠਿੰਡਾ ਦੇ ਗੋਨਿਆਣਾ ਦੇ ਵਿੱਚ ਦੋ ਸਨੈਚਰਾਂ ਦੇ ਵੱਲੋਂ ਇਹ ਵੱਡੀ ਵਾਰਦਾਤ ਕੀਤੀ ਗਈ ਹੈ, ਜਿੱਥੇ ਇਹਨਾਂ ਦੇ ਵੱਲੋਂ ਜਿਹੜੀ ਬਜ਼ੁਰਗ ਮਹਿਲਾ ਸੀ ਜੋ ਕਿ ਕਿਰਾਨੇ ਦੀ ਦੁਕਾਨ ਤੋਂ ਆਪਣੇ ਘਰ ਵਾਪਸ ਆ ਰਹੀ ਸੀ ਤਾਂ ਇਹ ਉਸਦਾ ਪਿੱਛਾ ਕਰਦੇ ਨੇ ਅਤੇ ਫਿਰ ਬਜ਼ੁਰਗ ਮਹਿਲਾ ਦੇ ਕੰਨਾਂ 'ਚੋਂ ਵਾਲੀਆਂ ਪੱਟ ਲੈਂਦੇ ਨੇ ਅਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਦੱਸਦੀ ਕਿ ਬੁਲਟ 'ਤੇ ਆਏ ਸੀ, ਇੱਕ ਨੌਜਵਾਨ ਬੁਲਟ 'ਤੇ ਖੜ ਕੇ ਇੰਤਜ਼ਾਰ ਕਰ ਰਿਹਾ ਸੀ, ਜਦਕਿ ਦੂਸਰਾ ਗਲੀ ਦੇ ਵਿੱਚ ਵੜ ਕੇ ਬਜ਼ੁਰਗ ਮਹਿਲਾ ਦੇ ਕੰਨਾਂ 'ਚੋਂ ਵਾਲੀਆਂ ਪੱਟ ਲੈਂਦਾ। ਤਾਂ ਮੌਕੇ 'ਤੇ ਵੇਖ ਸਕਦੇ ਹੋ ਕਿ ਛੋਟੇ ਛੋਟੇ ਬੱਚੇ ਸੀ ਉਹ ਖੇਡ ਰਹੇ ਸੀ, ਜਿਸ ਤੋਂ ਬਾਅਦ ਇਹ ਝਪਟ ਮਾਰ ਬਜ਼ੁਰਗ ਮਹਿਲਾ ਤੋਂ ਵਾਲੀਆਂ ਖੋ ਕੇ ਭੱਜ ਜਾਂਦਾ ਹੈ। ਤਾਂ ਬਜ਼ੁਰਗ ਮਹਿਲਾ ਵੀ ਇਸਦੇ ਪਿੱਛੇ ਭੱਜ ਲੈਂਦੀ ਆ, ਪਰ ਇਹ ਬੁਲਟ 'ਤੇ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ। ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਸ ਤੋਂ ਬਾਅਦ ਪੁਲਿਸ ਨੂੰ ਇਸ ਸੰਬੰਧੀ ਸੂਚਿਤ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਹੁਣ ਸੀਸੀਟੀਵੀ ਦੇ ਆਧਾਰ ਤੇ ਇਹਨਾਂ ਨੂੰ ਟਰੇਸ ਕੀਤਾ ਜਾ ਰਿਹਾ। ਤਾਂ ਲਗਾਤਾਰ ਲੁੱਟਾਂ ਖੋਹਾਂ ਵਧਦੀਆਂ ਜਾ ਰਹੀਆਂ ਨੇ, ਜਿਸ ਦੇ ਵਿੱਚ ਇਹਨਾਂ ਦੋ ਬੁਲਟ ਸਵਾਰਾਂ ਦੇ ਵੱਲੋਂ ਬਜ਼ੁਰਗ ਮਹਿਲਾ ਦੇ ਕੰਨਾਂ 'ਚੋਂ ਵਾਲੀਆਂ ਪੱਟੀਆਂ ਗਈਆਂ, ਜਿਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਗਏ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬੁਲਟ 'ਤੇ ਆਏ ਦੋ ਸਨੈਚਰਾਂ ਦੇ ਵੱਲੋਂ ਵੱਡੀ ਵਾਰਦਾਤ ਕੀਤੀ ਗਈ, ਜਿੱਥੇ ਗਲੀ ਦੇ ਵਿੱਚ ਇਹਨਾਂ ਦੇ ਵੱਲੋਂ ਬਜ਼ੁਰਗ ਮਹਿਲਾ ਦੇ ਕੰਨਾਂ ਦੇ ਵਿੱਚੋਂ ਵਾਲੀਆਂ ਪੱਟ ਲਈਆਂ ਜਾਂਦੀਆਂ ਨੇ। ਜਿਸ ਤੋਂ ਬਾਅਦ ਜਦ ਇਹ ਮੌਕੇ ਤੋਂ ਫਰਾਰ ਹੁੰਦੇ ਨੇ ਤਾਂ ਬਜ਼ੁਰਗ ਮਹਿਲਾ ਵੀ ਇਹਨਾਂ ਦੇ ਪਿੱਛੇ ਪੈ ਜਾਂਦੀ ਹੈ ਤੇ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ। ਤਾਂ ਦੱਸਦੀਏ ਕਿ ਬਠਿੰਡਾ ਦੇ ਗੋਨਿਆਣਾ ਦੇ ਵਿੱਚ ਦੋ ਸਨੈਚਰਾਂ ਦੇ ਵੱਲੋਂ ਇਹ ਵੱਡੀ ਵਾਰਦਾਤ ਕੀਤੀ ਗਈ ਹੈ, ਜਿੱਥੇ ਇਹਨਾਂ ਦੇ ਵੱਲੋਂ ਜਿਹੜੀ ਬਜ਼ੁਰਗ ਮਹਿਲਾ ਸੀ ਜੋ ਕਿ ਕਿਰਾਨੇ ਦੀ ਦੁਕਾਨ ਤੋਂ ਆਪਣੇ ਘਰ ਵਾਪਸ ਆ ਰਹੀ ਸੀ ਤਾਂ ਇਹ ਉਸਦਾ ਪਿੱਛਾ ਕਰਦੇ ਨੇ ਅਤੇ ਫਿਰ ਬਜ਼ੁਰਗ ਮਹਿਲਾ ਦੇ ਕੰਨਾਂ 'ਚੋਂ ਵਾਲੀਆਂ ਪੱਟ ਲੈਂਦੇ ਨੇ ਅਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਦੱਸਦੀ ਕਿ ਬੁਲਟ 'ਤੇ ਆਏ ਸੀ, ਇੱਕ ਨੌਜਵਾਨ ਬੁਲਟ 'ਤੇ ਖੜ ਕੇ ਇੰਤਜ਼ਾਰ ਕਰ ਰਿਹਾ ਸੀ, ਜਦਕਿ ਦੂਸਰਾ ਗਲੀ ਦੇ ਵਿੱਚ ਵੜ ਕੇ ਬਜ਼ੁਰਗ ਮਹਿਲਾ ਦੇ ਕੰਨਾਂ 'ਚੋਂ ਵਾਲੀਆਂ ਪੱਟ ਲੈਂਦਾ। ਤਾਂ ਮੌਕੇ 'ਤੇ ਵੇਖ ਸਕਦੇ ਹੋ ਕਿ ਛੋਟੇ ਛੋਟੇ ਬੱਚੇ ਸੀ ਉਹ ਖੇਡ ਰਹੇ ਸੀ, ਜਿਸ ਤੋਂ ਬਾਅਦ ਇਹ ਝਪਟ ਮਾਰ ਬਜ਼ੁਰਗ ਮਹਿਲਾ ਤੋਂ ਵਾਲੀਆਂ ਖੋ ਕੇ ਭੱਜ ਜਾਂਦਾ। ਤਾਂ ਬਜ਼ੁਰਗ ਮਹਿਲਾ ਵੀ ਇਸਦੇ ਪਿੱਛੇ ਭੱਜ ਲੈਂਦੀ ਆ, ਪਰ ਇਹ ਬੁਲਟ 'ਤੇ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ। ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਸ ਤੋਂ ਬਾਅਦ ਪੁਲਿਸ ਨੂੰ ਇਸ ਸੰਬੰਧੀ ਸੂਚਿਤ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਹੁਣ ਸੀਸੀਟੀਵੀ ਦੇ ਆਧਾਰ ਤੇ ਇਹਨਾਂ ਨੂੰ ਟਰੇਸ ਕੀਤਾ ਜਾ ਰਿਹਾ। ਤਾਂ ਲਗਾਤਾਰ ਲੁੱਟਾਂ ਖੋਹਾਂ ਵਧਦੀਆਂ ਜਾ ਰਹੀਆਂ ਨੇ, ਜਿਸ ਦੇ ਵਿੱਚ ਇਹਨਾਂ ਦੋ ਬੁਲਟ ਸਵਾਰਾਂ ਦੇ ਵੱਲੋਂ ਬਜ਼ੁਰਗ ਮਹਿਲਾ ਦੇ ਕੰਨਾਂ 'ਚੋਂ ਵਾਲੀਆਂ ਪੱਟੀਆਂ ਗਈਆਂ, ਜਿਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਗਏ।